ਸਤਿ ਸ੍ਰੀ ਅਕਾਲ ਕਿੱਦਾਂ ਭਾਜੀ ਵਧਾਈਆਂ ਤੁਹਾਨੂੰ ਮੁੰਡੇ ਦੇ ਵਿਆਹ ਦੀਆਂ ਉਹ ਤੁਹਾਨੂੰ ਵੀ ਵਧਾਈਆਂ ਭਾਜੀ ਉਹ ਭਾਜੀ ਤੁਹਾਡੇ ਮੁੰਡੇ ਨੂੰ ਕੁੜੀ ਮਿਲ ਗਈ ਤਾਂ ਨਹੀਂ ਉਹ ਭਾਜੀ ਤੁਸੀਂ ਕੁੜੀ ਛੱਡੋ ਮੇਰੇ ਮੁੰਡੇ ਨੂੰ ਤਾਂ ਕੋਈ ਆਪਣੇ ਘਰ ਦਾ ਕੁੱਤਾ ਨਾ ਦੇਵੇ ਬੱਲੇ ਤੇਰੇ ਡੈਡੀ ਬੇਇੱਜ਼ਤੀ ਕਰਦਾ ਰਹੀ ਕਦੀ ਆਪਣੀ ਔਲਾਦ ਦੀ ਸਿਫਤ ਨਾ ਕਰੀ ਆਪਣੇ ਵਾਰੀ ਬੜੇ ਲਾਰੇ ਮਾਰਦਾ ਰਹਿੰਦਾ ਕਿ ਮੈਂ ਮਾਊਂਟ ਐਵਰੈਸਟ ਚੜ੍ਹ ਕੇ ਸਕੂਲ ਜਾਂਦਾ ਹੁੰਦਾ ਸੀ ਜੇ ਕੋਈ ਤੈਨੂੰ ਪੁੱਛੇ ਪਹਿਲੀ ਤਾਂ ਤੇਰੇ ਤੋਂ ਪਾਸ ਨਹੀਂ ਹੋਈ ਮਾਊਂਟ ਐਵਰੈਸਟ ਤੋਂ ਅੰਬਲੈਂਡ ਜਾਂਦਾ ਹੁੰਦਾ ਸੀ ਕਢਾਉਣਾ ਮੈਂ ਤੇਰਾ ਮੂੰਹ ਉਹ ਭਾਜੀ ਅੱਜ ਕੱਲ੍ਹ ਦੇ ਨਿਆਣੇ ਤਾਂ ਕਰੋਨਾ ਕਰਕੇ ਨਹੀਂ ਸਕੂਲ ਜਾਂਦੇ ਮੇਰੇ ਟਾਈਮ ਮੈਂ ਤਾਂ ਸਟ੍ਰੋਕ ਹੁੰਦੇ ਹੁੰਦੇ ਸਕੂਲ ਜਾਂਦਾ ਹੁੰਦਾ ਸੀ ਇੱਕ ਮਿੰਟ ਭਾਜੀ ਫਿਰ ਆ ਗਈ ਸਟ੍ਰੋਕ ਬਸ ਠੀਕ ਹੋ ਗਈ ਅੱਜ ਕੱਲ੍ਹ ਦੇ ਨਿਆਣੇ ਕਿੱਥੇ ਇੱਦਾਂ ਦੀਆਂ ਚੀਜ਼ਾਂ ਸਰਵਾਈਵ ਕਰ ਸਕਦੇ ਆ ਉਹ ਤਾਂ ਬਸ ਅਸੀਂ ਸੀ ਯਾਰ ਦੁਨੀਆ ਦਾ ਪਹਿਲਾ ਬੰਦਾ ਹੋਊਗਾ ਜਿਹੜਾ ਇੰਨਾ ਗੱਪੀ ਆ ਕੋਈ ਨਾ ਕਰਵਾਉਣਾ ਮੈਂ ਤੇਰਾ ਸਟ੍ਰੋਕ ਨਾਲੇ ਹਾਰਟ ਅਟੈਕ ਨਾਲੇ ਪਿੰਡ ਵਿੱਚ ਮੂਤ ਵੱਡਾ ਆਇਆ ਸ਼ਕਤੀਮਾਨ ਆ ਗੋਰਿਆਂ ਦੇ ਭੂਤ ਲੋਕਾਂ ਨੂੰ ਡਰਾਉਂਦੇ ਆ ਤੇ ਆ ਸਾਡਾ ਭੂਤ ਉਲਟ ਸਭ ਤੋਂ ਡਰੀ ਜਾਂਦਾ ਸਾਵਾ ਲੱਲੂ ਡਰਾਉਂਗਾ ਤਾਂ ਮੈਂ ਤੁਹਾਨੂੰ ਜ਼ਰੂਰ ਹੁਣ ਬਸ ਦੇਖੀ ਜਾਇਓ ਫਿਰ ਵਿਆਹ ਦੀ ਗੱਲ ਛੱਡਤੀ ਫਿਰ ਉਹੀ ਪੁੱਠੇ ਕੰਮ ਡੈਡੀ ਤੁਹਾਨੂੰ ਡਰ ਨਹੀਂ ਲੱਗਿਆ ਨਾ ਤਾਂ ਕਦੀ ਆਪਣੀ ਮਾਂ ਦੀ ਬੂਥੀ ਦੇਖੀ ਜਿਹੜਾ ਬੰਦਾ ਉਸ ਰਾਖਸ ਦੇ ਨਾਲ ਵਿਆਹ ਕਰਵਾ ਸਕਦਾ ਆ ਉਹਨੇ ਕਿੱਥੇ ਭੂਤਾਂ ਤੋਂ ਡਰਨਾ ਮੈਂ ਭੂਤ ਪ੍ਰੇਤਾਂ ਤੋਂ ਨਹੀਂ ਡਰਦਾ ਖਾਨੇ ਪਾਲਾ ਗੱਲ ਡੈਡੀ ਕੀ ਹੋਇਆ ਤੇਰਾ ਬੂਥਾ ਕਿੰਨਾ ਭੈੜਾ ਚੱਲ ਪਰੇ ਮਾਰ ਤੁਸੀਂ ਦੇਖੀ ਜਾਇਓ ਡੈਡੀ ਡਰਾਉਂਗਾ ਤਾਂ ਮੈਂ ਤੁਹਾਨੂੰ ਜ਼ਰੂਰ ਜਿੰਨਾ ਜ਼ੋਰ ਡਰਾਉਣ ਤੇ ਲਾਇਆ ਵਾ ਕਿਤੇ ਪੜ੍ਹਾਈ ਤੇ ਨਾ ਲਾਈ ਸਾਲਾ ਨਿਕੰਮਾ ਉਦੋਂ ਤੁਸੀਂ ਕੀ ਕੀ ਮਨ 'ਚ ਆਇਆ ਸੀਗਾ ਹੋਰ ਕੁਛ ਵੀ ਕੱਢਣਾ ਹੋਰ ਸਾਲੇ ਮੈਂ ਤੈਨੂੰ ਆਪਣੀ ਭੈਣ ਕਢਾ ਕੇ ਲੈ ਕੇ ਜਾਣ ਨੂੰ ਫੋਨ ਕੀਤਾ ਜੇ ਸੋਹਣੀਆਂ ਕੱਢ ਲੈਣੇ ਆ ਸੁਣ ਮੇਰੀ ਗੱਲ ਤੈਨੂੰ ਗੱਲ ਸੁਣਾਉਣੀ ਆ ਪੱਪੀ ਨਹੀਂ ਦੇਣੀ ਪਿੱਛੇ ਹੋ ਜਾ ਸਾਡੇ ਘਰੇ ਕੋਈ ਸੱਪ ਨਹੀਂ ਹੈਗਾ ਅਸੀਂ ਤਾਂ ਬਸ ਡੈਡੀ ਨੂੰ ਡਰਾਉਣਾ ਆ ਠੀਕ ਆ ਭਾਜੀ ਮੈਂ ਕੋਈ ਜੋਕਰ ਆ ਕੋਈ ਮੂਰਖ ਆ ਮੈਂ ਹੋਰ ਤੋਂ ਕੀ ਆ ਉਹ ਜਿਹੜਾ ਬੰਦਾ ਕੈਨੇਡਾ ਦੀ ਇੰਨੀ ਠੰਡ ਵਿੱਚ ਸੱਪ ਭਾਲਦਾ ਹੋਵੇ ਉਹ ਵੀ ਭੰਗੜੇ ਵਾਲਿਆਂ ਦਾ ਕੁੜਤਾ ਚਾਦਰਾ ਪਾ ਕੇ ਉੱਪਰੋਂ ਦਾਰੂ ਦੀ ਬੋਤਲ ਨੂੰ ਬੀਨ ਬਣਾ ਕੇ ਰੱਖਿਆ ਵਾ ਉਹ ਤੈਨੂੰ ਮੂਰਖੀ ਆਖੂਗਾ ਹੋਰ ਤੋਂ ਆਈਨਸਟਾਈਨ ਆ ਡੈਡੀ ਦੀ ਪੈਂਟ ਦਾ ਮੂਤ ਕਰਵਾ ਕੇ ਤਿੱਤਰ ਹੋ ਜਾ ਠੀਕ ਆ ਚੱਲ ਸ਼ੁਰੂ ਕਰਦੇ ਆਪਣਾ ਠੀਕ ਆ ਭਰਾਵਾ ਇੱਥੇ ਨਹੀਂ ਉੱਥੇ ਉੱਥੇ ਸਾਲਾ ਮਰਾਸੀ ਚੱਲ ਮੈਂ ਤਾਂ ਤੁਹਾਡੇ ਤੋਂ ਪੁੱਛਣਾ ਸਰ ਸਿੱਧਾ ਤੁਹਾਡੇ ਘਰ ਦਾ ਸੱਪ ਕੱਢਣ ਲਈ ਆਇਆ ਵਾ ਉਹ ਤੈਨੂੰ ਕਿਹੜਾ ਸਾਲਾ ਕਹਿੰਦੇ ਸਾਡੇ ਘਰੇ ਸੱਪ ਰਹਿੰਦੇ ਆ ਤੁਹਾਡੇ ਬੇਟੇ ਭਗਵਾਨ ਨੇ ਮੈਨੂੰ ਦੱਸਿਆ ਸੀ ਤੁਹਾਡੇ ਘਰੇ ਬਹੁਤ ਬੜਾ ਸੱਪ ਰਹਿਤਾ ਹੈ ਪਰ ਡਰਨਾ ਮਤ ਮੈਂ ਕੱਢੂੰਗਾ ਉਹ ਰੱਬ ਤੇਰੇ ਵਰਗੇ ਬੁੱਧੂਆਂ ਦੇ ਨਾਲ ਕਦੋਂ ਗੱਲਾਂ ਕਰਨਾ ਪਿਆ ਚੱਲ ਨਿਕਲ ਬਾਹਰ ਕਿਤੇ ਹੋਰ ਬਕਵਾਸ ਕਰ ਆਪਣਾ ਮੈਨੂੰ ਕੱਢਣਾ ਪੈਣਾ ਜਾ ਤੁਮਕੋ ਮਾਰ ਦੂੰਗਾ ਪਰ ਡਰਨਾ ਮਤ ਸਰਦਾਰ ਜੀ ਮਤ ਡਰਨਾ ਓ ਯਾਰ ਡਰਨ ਨੂੰ ਮੈਂ ਕਿਹੜੀਆਂ ਉੱਚੀਆਂ ਉੱਚੀਆਂ ਚੀਕਾਂ ਮਾਰ ਰਿਹਾ ਆ ਤੂੰ ਛੇਤੀ ਸੱਪ ਲੱਭ ਮੇਰੀਆਂ ਖਬਰਾਂ ਮਿਸ ਹੋ ਜਾਣੀਆਂ ਉਹ ਕੰਜੇ ਰਾਤ ਤੂੰ ਕਿਹੜੇ ਸੱਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਆ ਉਧਰ ਨੂੰ ਮੂੰਹ ਕਰਕੇ ਬੀਨ ਵਜਾ ਫਿਰ ਮੇਰਾ ਸਾਲਾ ਮੇਰੇ ਕੋਲ ਆ ਗਿਆ ਤੈਨੂੰ ਕਿਹਾ ਨਾ ਉਧਰ ਨੂੰ ਮੂੰਹ ਕਰਕੇ ਆਪਣਾ ਕੰਮ ਕਰ ਹੁਣ ਦੇਖਦੇ ਆਂ ਡੈਡੀ ਤੁਸੀਂ ਕਿੰਨੇ ਕੁ ਦਿਨ ਨਕਲੀ ਸੀ ਚੱਲ ਨਿਕਲ ਮਾਰ ਭਾਜੀ ਤੁਸੀਂ
ਤੁਸੀਂ ਮੈਨੂੰ ਮੇਰੇ ਪੈਸੇ ਦਿਓ ਤੇ ਮੈਂ ਜਾਵਾਂ। ਅੱਛਾ ਉਹ ਕੁੱਤਿਆ, ਤੈਨੂੰ ਡੈਡੀ ਦੀ ਪੈਂਟ ਨੂੰ ਗਿੱਲੀ ਕਰਨ ਲਈ ਕਿਹਾ ਸੀਗਾ ਨਾ ਕਿ ਆਪਣੇ ਚਾਦਰੇ ਨੂੰ ਗਿੱਲਾ ਕਰਨ ਲਈ। ਚੱਲ ਸਾਫ਼ ਕਰਕੇ ਨਿਕਲ ਬਾਹਰ। ਓਏ ਤੈਨੂੰ ਕਿੰਨੀ ਵਾਰੀ ਸਮਝਾਉਣਾ ਪੈਣਾ ਕਿ ਮੈਂ ਨਹੀਂ ਡਰਦਾ ਕਿਸੇ ਚੀਜ਼ ਤੋਂ। ਚੱਲ ਦਫਾ ਹੋ ਜਾ ਹੁਣ। ਇਹ ਤਾਂ ਸੱਚੀ ਨਹੀਂ ਕਿਸੇ ਚੀਜ਼ ਤੋਂ ਡਰਦਾ, ਹੁਣ ਕਿਵੇਂ ਡਰਾਵਾਂ ਮੈਂ। ਮੈਨੂੰ ਪਤਾ ਡੈਡੀ ਫੇਰ ਆ ਗਿਆ ਡਰਾਉਣ ਨੂੰ। ਉਹ ਨਹੀਂ ਡੈਡੀ, ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਿਆ, ਪਰ ਮੈਨੂੰ ਇੱਕ ਗਰਲਫ੍ਰੈਂਡ ਲੱਭ ਗਈ। ਗੋਰੀ ਨਹੀਂ ਕਾਲੀ, ਇੰਨਾ ਰੇਸਿਸਟ ਬੰਦਾ ਤਾਂ ਮੈਂ ਪਹਿਲੀ ਵਾਰੀ ਦੇਖਿਆ। ਡੈਡੀ ਡੈਡੀ ਆਮ ਜੋਕਿੰਗ ਆਮ ਜੋਕਿੰਗ, ਮੈਨੂੰ ਨਹੀਂ ਕੋਈ ਕੁੜੀ ਲੱਭੀ, ਬਿਕਾਜ਼ ਮੈਂ ਤਾਂ ਗਿਆ। ਓ ਮਾਈ ਗੋਡ ਡੈਡੀ, ਤੁਸੀਂ ਕਿੰਨੇ ਹੋਮੋਫੋਬਿਕ ਆ। ਓਕੇ ਡੈਡੀ ਡੈਡੀ ਮੈਂ ਗੇ ਨਹੀਂ ਹੈਗਾ, ਮੈਂ ਤਾਂ ਖੁਸ਼ ਰਹਾ। ਓ ਮਾਈ ਗਾਡ ਡੈਡੀ, ਇੰਨੀ ਮਾੜੀ ਸੋਚ ਤੁਹਾਡੀ, ਖੁਸਰੇ ਦੀ ਇਨਸਾਨ ਆ। ਡੈਡੀ ਡੈਡੀ ਮੈਂ ਚਮਾਰਾ। ਡੈਡੀ ਇੰਨੀ ਘਟੀਆ ਸੋਚ, ਅਜੇ ਵੀ ਜਾਤ ਪਾਤ ਦੀਆਂ ਗੱਲਾਂ 'ਚ ਪਏ ਆ। ਡੈਡੀ ਮੈਂ ਆਪਣਾ ਮਨ ਬਣਾ ਲਿਆ ਅਤੇ ਮੈਂ ਡਾਕਟਰ ਨਹੀਂ ਬਣਨਾ। ਡੈਡੀ ਡੈਡੀ ਤੁਹਾਨੂੰ ਪਤਾ ਲੱਗਿਆ ਕਨੇਡਾ ਨੇ ਦਾਰੂ ਬੰਦ ਕਰਤੀ। ਦਾਰੂ ਬੰਦ? ਉਹ ਮੇਰੀ ਗੱਲ ਕਿੱਥੇ ਆ, ਹੁਣ ਤਾਂ ਮਰਨਾ ਹੀ ਪੈਣਾ, ਹੁਣ ਨਹੀਂ ਕੋਈ ਜੀਣ ਦਾ ਫਾਇਦਾ। ਡੈਡੀ ਆਮ ਜੋਕਿੰਗ ਆਮ ਜੋਕਿੰਗ, ਕਿਸੇ ਨੇ ਵੀ ਬੰਦ ਕੀਤੀ? ਆ ਲਓ ਫੜਾ ਫੜਾ, ਹਾ ਕੁਛ ਨਹੀਂ ਹੁੰਦਾ ਤੈਨੂੰ। ਡੈਡੀ ਮੈਂ ਇੱਕ ਕੁੜੀ ਨੂੰ ਪ੍ਰੈਗਨੈਂਟ ਕਰਤਾ। ਮੁੰਡਾ ਹੋਣਾ ਆ? ਨਹੀਂ ਕੁੜੀ ਹੋਣੀ ਆ। ਓ ਮਾਈ ਗਾਡ ਡੈਡੀ ਤੁਹਾਡੀ ਸੋਚ ਇੰਨੀ ਗੰਦੀ ਆ। ਹਾਏ ਮੇਰੇ ਰੱਬਾ, ਮੇਰਾ ਡੈਡੀ ਤਾਂ ਬਿੱਤੋਂ ਵੀ ਕਸੂਤਾ ਨਿਕਲਿਆ, ਕੀ ਕਰਾਂ ਮੈਂ ਰੱਬਾ। ਡੈਡੀ ਮੈਂ ਕਾਲਿਆਂ ਨੂੰ ਨਹੀਂ ਲਾਈਕ ਕਰਦਾ। ਡੈਡੀ ਮੈਂ ਕਿਹਾ ਮੈਂ ਕਾਲਿਆਂ ਨੂੰ ਨਹੀਂ ਲਾਈਕ ਕਰਦਾ। ਡੈਡੀ ਮਰ ਗਏ? ਸੁਣ ਗਿਆ ਸੀ ਮੈਨੂੰ, ਇਹਦੇ ਵਿੱਚ ਕੀ ਮਾੜਾ ਆ, ਉਹਨਾਂ ਨੂੰ ਤਾਂ ਮੈਂ ਵੀ ਨਹੀਂ ਪਸੰਦ ਕਰਦਾ। ਓ ਮਾਈ ਗੋਡ ਡੈਡ ਯੂ ਸੋ ਰੇਸਿਸਟ। ਪੁੱਤ ਤੁਸੀਂ ਦੋਨੋਂ ਕੀ ਕਰ ਰਹੇ ਆ? ਮੰਮੀ ਮੈਂ ਤਾਂ ਡੈਡੀ ਨੂੰ ਡਰਾ ਰਿਹਾ ਸੀ। ਪੁੱਤ ਇੱਕ ਵਾਰੀ ਮੈਂ ਵੀ ਡਰਾ ਸਕਦੀ ਹਾਂ? ਯਾ ਸ਼ੋਰ। ਸਰਦਾਰ ਜੀ ਸਰਦਾਰ ਜੀ, ਮੈਂ ਔਰਤ ਨਹੀਂ ਮੈਂ ਬੰਦਾ ਆ।